सारे जुड़ बैठे हैं। एदा केस चलदा सी, एदा केस चलदा सी नगर कौंसल दे नाल, ते पिछले दिन ही इस जगह नूं खाली कराउण दे लई जिहड़े वारंट ने जिहड़े उह वी जारी हो चुके ने, कोर्ट दे ऑर्डर भी जारी हो चुके ने ते वारंट भी जारी हो चुके ने। पर मैं तुहानूं विश्वास दिवाउणी आ कि इह जगह तुहाडी आ ते तुहाडी रहूगी। ਸਾਡੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਤਿ ਸਾਇਆ ਬਾਹਰ ਕਿਰਪਾ ਇੱਥੇ ਗੱਦੀ ਲੱਗੀ ਹੋਈ ਆ, ਹਮੇਸ਼ਾ ਰਹੂਗੀ। ਅੱਜ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਵਿੱਚ ਜੀਰੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅਕੰਡ ਪਾਠ ਸਾਹਿਬ ਭਾਠਾਂ ਦੇ ਜਿਹੜੇ ਭੋਗ ਪਾਏ ਗਏ ਤਾਂ ਜਾਣਕਾਰੀ ਦੇ ਦੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਜਿਹੜੀ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਸ਼ਹਿਰ ਦੇ ਵੱਖ ਵੱਖ ਸਿਆਸੀ ਆਗੂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਪਹੁੰਚ ਕੇ ਜਿਹੜਾ ਨਮਸਤਕ ਹੋਏ ਤਾਂ ਤਸਵੀਰ ਦੇਖ ਸਕਦੇ ਹੋ। ਤਾਂ ਟਰੱਕ ਯੂਨੀਅਨ ਦੀ ਭਵਾਨੀਗੜ੍ਹ ਦੀ ਜਿਹੜੀ ਤਸਵੀਰ ਦਿਖਾ ਰਹੇ ਹਾਂ ਤਾਂ ਸਮੂਹ ਟਰੱਕ ਓਪਰੇਟਰਾਂ ਅਤੇ ਡਰਾਈਵਰਾਂ ਦੇ ਵੱਲੋਂ ਜਿਹੜਾ ਇਹ ਖਾਸ ਤੌਰ ਤੇ ਹਰ ਸਾਲ ਦੀ ਤਰ੍ਹਾਂ ਜਿਹੜੇ ਪਾਠਾਂ ਦੇ ਭੋਗ ਪਾਏ ਜਾਂਦੇ ਨੇ ਤਾਂ ਇਸ ਵਾਰ ਵੀ ਜਿਹੜਾ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਜਿਹੜਾ ਅਖੰਡ ਪਾਠ ਸਾਹਿਬ ਦਾ ਪਾਠ ਰਖਾਏ ਗਏ ਸੀ ਤਾਂ ਜਿਹੜੇ ਅੱਜ ਭੋਗ ਪਾਇਆ ਗਿਆ। ਤਾਂ ਤਸਵੀਰ ਦੇਖ ਸਕਦੇ ਹੋ, ਤਸਵੀਰਾਂ ਦੇ ਵਿੱਚ ਹਲਕਾ ਵਿਧਾਇਕ ਦੇ ਗੁਰਪ੍ਰੀਤ ਸਿੰਘ ਪ੍ਰਧਾਨ, ਟਰੱਕ ਯੂਨੀਅਨ ਜਿਹੜੇ ਮੌਜੂਦ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਜਿਹੜਾ ਖਾਸ ਤੌਰ ਤੇ ਰਾਗੀ ਸਿੰਘਾਂ ਦੇ ਵੱਲੋਂ ਵੀ ਜਿਹੜਾ ਕੀਰਤਨ ਗਾਇਨ ਕੀਤਾ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਤਾਂ ਜਿਹੜੇ ਵੱਖ ਵੱਖ ਸ਼ਹਿਰ ਦੇ ਸਿਆਸੀ ਲੀਡਰਾਂ ਲੋਕਾਂ ਦੇ ਵੱਲੋਂ ਜਿਹੜਾ ਨਮਸਤਕ ਹੋਏ ਤਾਂ ਤਸਵੀਰ ਦੇਖ ਸਕਦੇ ਹੋ। ਤੁਸੀਂ ਤਾਂ ਭਵਾਨੀਗੜ੍ਹ ਤੋਂ ਜਿਹੜੀ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਜਿਹੜੀ ਤਸਵੀਰ ਦਿਖਾ ਰਹੇ ਹਾਂ ਤਾਂ ਜਿਹੜੀ ਅਰਦਾਸ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਇਸ ਮੌਕੇ ਖਾਸ ਤੌਰ ਤੇ ਸੁਖਮਨ ਬਾਲਦੀਆ, ਕਰਨੈਲ ਸਿੰਘ ਸਰਪੰਚ ਮਾਝੀ, ਜਸਪਾਲ ਸਿੰਘ ਸਰਪੰਚ ਮਟਰਾ, ਨਰਿੰਦਰ ਸਿੰਘ ਹਾਕੀ ਪ੍ਰਧਾਨ ਨਗਰ ਕੌਂਸਲ, ਗੋਗੀ ਚੱਠਾ, ਲਵਲੀ ਕਾਕੜਾ, ਵਰਿੰਦਰ ਮਿੱਤਲ, ਹਰਿੰਦਰ ਸ਼ਰਮਾ ਪ੍ਰਧਾਨ ਸ਼ਿਵ ਮੰਦਿਰ ਕਮੇਟੀ ਭਵਾਨੀਗੜ੍ਹ, ਨਰਿੰਦਰ ਸ਼ੈਲੀ, ਵਿਪਨ ਕੁਮਾਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਤੇ ਹਰਮਨ ਨੰਬਰਦਾਰ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਵੱਖ ਵੱਖ ਪਤਵੰਤੇ ਸੱਜਣ ਜਿਹੜੇ ਨਮਸਤਕ ਹੋਏ। ਤਾਂ ਤਸਵੀਰ ਦੇਖ ਸਕਦੇ ਹੋ ਤਾਂ ਸੀਜ਼ਨ ਤੋਂ ਪਹਿਲਾਂ ਹਰ ਸਾਲ ਪਰਮਾਤਮਾ ਅੱਗੇ ਅਰਦਾਸ ਕਰਦੇ, ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਨੇ ਕਿ ਜਿਹੜਾ ਹਰ ਸਾਲ ਦੀ ਤਰ੍ਹਾਂ ਜੋ ਇਸ ਸਾਲ ਵੀ ਸੀਜ਼ਨ ਹੈ ਤਾਂ ਉਹ ਤਰੱਕੀ ਬਖਸ਼ੇ। ਸਭ ਨੂੰ ਤਾਂ ਅਰਦਾਸ ਕੀਤੀ ਗੁਰੂ ਮਹਾਰਾਜ ਅੱਗੇ। ਤਾਂ ਤਸਵੀਰ ਦੇਖ ਸਕਦੇ ਹੋ ਤਾਂ ਪਤਵੰਤੇ ਸੱਜਣਾਂ ਦਾ ਜਿਹੜਾ ਸਨਮਾਨ ਵੀ ਕੀਤਾ ਜਾ ਰਿਹਾ। ਤਾਂ ਇਸ ਖਾਸ ਮੌਕੇ ਰਿੰਕੂ ਗੋਇਲ ਤੇ ਗੁਰਤੇਜ ਝਨੇੜੀ ਵੱਲੋਂ ਪਹੁੰਚ ਕੇ ਵੀ ਜਿਹੜੀ ਸ਼ਿਰਕਤ ਕੀਤੀ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ। ਤਾਂ ਹੋਰ ਵੀ ਟਰੱਕ ਯੂਨੀਅਨ ਦੇ ਵਿੱਚ ਹੋਈ ਤਰੱਕੀ ਨੂੰ ਲੈ ਕੇ ਹਲਕਾ ਵਿਧਾਇਕ ਨੇ ਕੀ ਕਿਹਾ ਅਤੇ ਦੱਸਿਆ ਕਿ ਟਰੱਕ ਯੂਨੀਅਨ ਦੇ ਵਿੱਚ ਹੁਣ ਤੱਕ TDS ਨੂੰ ਲੈ ਕੇ ਜਾਂ ਫਿਰ ਜੋ ਟਰੱਕ ਯੂਨੀਅਨ ਦਾ ਕੋਰਟ ਦੇ ਵਿੱਚ ਜੋ ਕੇਸ ਚੱਲ ਰਿਹਾ ਉਸ ਨੂੰ ਲੈ ਕੇ ਕੀ ਗੱਲਬਾਤ ਕਹੀ, ਤੁਸੀਂ ਵੀ ਸੁਣੋ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਵੱਲੋਂ ਸਮੂਹ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਉੱਥੇ ਲੈ ਚੱਲਦਿਆਂ ਤੁਹਾਨੂੰ ਟਰੱਕ ਯੂਨੀਅਨ ਦੇ ਵਿੱਚ ਜਿੱਥੇ ਟਰੱਕ ਯੂਨੀਅਨ ਦੇ ਅਰਦਾਸ ਕੀਤੀ ਗਈ ਅਤੇ ਇਸ ਮੌਕੇ ਕੀ ਕਿਹਾ ਹਲਕਾ ਵਿਧਾਇਕ ਤੇ ਕੀ ਕਿਹਾ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ। ਹਰ ਸਾਲ ਦੀ ਤਰ੍ਹਾਂ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਵੱਲੋਂ ਜਿਹੜਾ ਹਰ ਸੀਜ਼ਨ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਕਰਾ ਕੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਜਾਂਦਾ। ਸੋ ਅੱਜ ਪਰਸੋਂ ਰੋਜ਼ ਤੋਂ ਜਿਹੜੀ ਪਾਠ ਆਰੰਭ ਹੋਈ ਸੀ ਅਤੇ ਅੱਜ ਸੰਪੂਰਨ ਤਾਈਂ ਜਿਹੜੇ ਭੋਗ ਪਾਏ ਗਏ ਨੇ। ਸੋ ਅੱਜ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਕਰੇ ਕਿ ਜਿਹੜੇ ਸਾਡੇ ਆਪਰੇਟਰ ਟਰੱਕ ਆਪਰੇਟਰ ਨੇ, ਭਰਾ ਨੇ, ਜਿਹੜੇ ਦਿਨ ਰਾਤ ਆਪਣੇ ਪਰਿਵਾਰਾਂ ਨੂੰ ਰੋਜ਼ੀ ਰੋਟੀ ਦੇ ਲਈ, ਉਹਨਾਂ ਦਾ ਢਿੱਡ ਭਰਨ ਦੇ ਲਈ ਜਿਹੜੇ ਸੜਕਾਂ ਤੇ ਜਿਹੜੀ ਆਪਣੀ ਜਾਨ ਹੈ ਜਿਹੜੀ ਉਹਨੂੰ ਤਲੀ ਤੇ ਧਰ ਕੇ ਤੁਰਦੇ ਆ ਜਾਂਦੇ ਆ। ਸੋ ਵਾਹਿਗੁਰੂ ਕਰੇ ਉਹਨਾਂ ਨੂੰ ਕਿਸੇ ਨੂੰ ਤੱਤੀ ਵਾਹ ਨਾ ਲੱਗੇ ਔਰ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਖੇੜੇ, ਜਿਹੜੇ ਤਰੱਕੀਆਂ ਜਿਹੜੀਆਂ ਰੌਣਕਾਂ ਜਿਹੜੀਆਂ ਬਖਸ਼ਣ ਪਰਮਾਤਮਾ ਜੀ। ਅਰਦਾਸ ਬੇਨਤੀ ਕਰਦੇ ਹਾਂ ਬਿਲਕੁਲ, ਕਿਉਂਕਿ ਇਹ ਪੁਰਾਣਾ ਜਿਹੜਾ ਰੇੜਕਾ ਕਾਫੀ ਟਾਈਮ ਦਾ ਚੱਲਿਆ ਆ ਰਿਹਾ ਸੀਗਾ ਤੇ ਉਹ ਹਾਲਾਂਕਿ ਜਿਹੜਾ ਇਹਦੇ ਵਾਰੰਟ ਜਿਹੜੇ ਜਾਰੀ ਹੋ ਚੁੱਕੇ ਨੇ ਪਰ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਜਿਹੜੇ ਟਰੱਕ ਆਪਰੇਟਰ ਨੇ ਜਿਹੜੇ ਸ਼ੁਰੂ ਤੋਂ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਮੇਰੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਵੀ ਖੜੇ ਆ ਔਰ ਸਾਡੇ ਟਰੱਕ ਯੂਨੀਅਨ ਦੀ ਜਿਹੜੀ ਕਮੇਟੀ ਆ ਤੇ ਗੁਰਪ੍ਰੀਤ ਸਿੰਘ ਫੱਗੂਵਾਲਾ ਸਾਡੇ ਨਾਲ ਖੜੇ ਆ। ਸੋ ਸਾਰਾ ਕੁਝ ਦੇਖਦੇ ਹੋਏ ਔਰ ਲੋਕਾਂ ਦੀਆਂ ਭਾਵਨਾਵਾਂ ਦੇਖਦੇ ਹੋਏ ਅਸੀਂ ਲੋਕਾਂ ਦੇ ਨਾਲ ਆ, ਕੋਈ ਵੀ ਜਿਹੜਾ ਫੈਸਲਾ ਲੋਕਾਂ ਦਾ। ਜਿਹੜਾ ਪੁਰਾਣਾ ਜਿਹੜਾ ਪਾਰਕ, ਬਾਇਓਡਾਇਵਰਸਿਟੀ ਪਾਰਕ ਦੀ ਤੁਸੀਂ ਗੱਲ ਕੀਤੀ ਆ, ਉਹਨੂੰ ਪਾਰਕ ਨੂੰ ਜਿਹੜਾ ਫੋਰੈਸਟ ਵਿਭਾਗ ਹਜੇ ਉਹਨੂੰ ਜਿਹੜਾ ਮੇਨਟੇਨ ਕਰ ਰਿਹਾ ਸੀਗਾ ਤੇ ਉਹ ਜਿਹੜਾ ਨਗਰ ਕੌਂਸਲ ਦਾ ਤੁਹਾਨੂੰ ਪਤਾ ਕਿ ਪਿੱਛੇ ਹਾਊਸ ਚੁਣਿਆ ਗਿਆ ਸੀਗਾ ਪਰ ਭੰਗ ਹੋ ਗਿਆ ਸੀਗਾ ਤੇ ਹੁਣ ਦੁਬਾਰਾ ਜਿਹੜੀ ਹਾਊਸ ਦੀ ਜਿਹੜੀ ਚੋਣ ਆ, ਜਿਹੜੀ ਨਗਰ ਕੌਂਸਲ ਦਾ ਜਿਹੜੇ ਪ੍ਰਧਾਨ ਆ ਉਹ ਬਣ ਚੁੱਕੇ ਨੇ ਤੇ ਉਹਦੀ ਜਿਹੜੀ ਅਸੀਂ ਜਿਹੜੀ ਜ਼ਿੰਮੇਵਾਰੀ ਅਸੀਂ ਲੈ ਰਹੇ ਹਾਂ ਤੇ ਉਹਦੇ ਲਈ ਜਿਹੜੇ ਮਾਲੀ ਚੌਕੀਦਾਰ ਜੋ ਵੀ ਉੱਥੇ ਰੱਖਣਾ, ਚਾਹੇ ਸਟੇਡੀਅਮ ਦੀ ਗੱਲ ਕਰ ਲਾਂ ਮੈਂ, ਸੋ ਉਹਨਾਂ ਦੇ ਵਿੱਚ ਅਸੀਂ ਆ ਹੁਣੀ ਜਿਹੜੀ ਸਾਨੂੰ ਪ੍ਰਵਾਨਗੀ ਆ ਜਿਹੜੀ ਮਿਲ
चुकी है कमां दे लई ते असीं टेंडर ला के उत्थे बकायदा जिहड़े चौकीदार ते जिहड़े माली जिहड़े रखणे ने उह असीं रख रहे हां। मैम यूनियन नूं होर किहड़ी किहड़ी जिहड़ी सहूलतां दा दित्ती गई इस बारे? देखो ट्रक यूनियन दा टीडीएस दा मसला सीगा, बहुत लंबे समय दा सी और बहुत वड्डा फैसला सीगा। मैं कमेटी नूं इहनां इस फैसले दे लई मैं वधाई भी दिंदी हां कि इहनां ने तकड़े होके जिहड़ा वो आम लोगों ऑपरेटरों के लिए फैसला लिया तो उन्होंने टीडीएस जो वापस करवा रहे हैं। हजे 50 लाख रुपया जो वापस गया जे बाकी जो पैसे ने वापस जोड़े जाने ने तो लगातार वो साड़ी सारी कमेटी है जी ट्रक यूनियन की काम कर रही है। तो ही जो मैं पिछले सीजन के तो याद होगा इस जगह के उत्ते खड़ के कहा कि जड़िया यूनियन के गड्डिया ने जड़िया हर साल पगिया क्योंकि इलाके के जिन्या गड्डिया पैनिया से पै चुकिया से ऑलमोस्ट तो हर बार जिहड़ियां चोर मोरिया के राही जिहड़े बाहरले इलाके दे विचों गड्डिया पैंदियां सी जिहदा कि साढ़े सारी ट्रक ओपरेटर भरा ने जिहड़ा विरोध करते सीगे ते उन्हां दा रुजगार भी जिहड़ा मारिया जांदा सीगा क्योंकि कोई बंदा अज जिहड़ा आम बंदा जे लोन दे उत्ते गड्डी कढाउंदा तां गड्डियां इन्नियां हो गईयां सी कि उह उहदी प्रोपर उहदी किस्त भरे जां उह अपने परिवार की जिहड़ी रोजी रोटी चलावे। सो उहदे लई भी मैं साडी सारी कमेटी नूं मैं वधाई दिंदी हां कि इन्हां ने तकड़े होकर फैसला लिया ते नवीं जिहड़ियां सिक्योरिटीआं ने गड्डियां जिहड़ियां पैणियां उह यूनियन दे विच बंद कीतियां ने ते बहुत वड्डा फैसला है जो फैसले जिहड़े लैणे बणदे आ। होर भी रुजगार नूं लैके चाहे जिहड़े रेट वधाउण दी गल होवे जां जिहड़ियां कोई फैक्ट्रियां ने जां जिहड़ियां कोई कंपनियां ने जिहड़ियां कारोबार करदियां ने उहनां नूं यूनियन दे नाल जोड़ना होवे हमेशा जिहड़ा इह साडी सारी टीम जिहड़ी सरगर्म रहिंदी और मेरा हमेशा इहनां दे नाल जिहड़ा साथ आ क्योंकि इत्थे कोई सियासत नहीं हैगी, इह जिहड़ा लोकां दे रुजगार दा जिहड़ा मसला है। मैडम मतलब गुरु ग्रंथ साहिब दी हाजरी जरूरी है किसी भी काम करने तो पहले। देखो काफी कम लटके हुए सीगे ट्रक यूनियन दे वो बड़े हौसले नाल वो कम गुरु साहब ने बख्शिश करी तां करे ने जिवें टीडीएस दा सिक्योरिटीआं बंद एमएलए साहब दी बदौलत इन्ने परे तकरीबन सारे कम चढ़ चुके। हाँ जी असं धन्नवाद करते हैं सारी संगत समूह ट्रक ऑपरेटर समूह सरपंच साहब जो नवे चुने ने मैंबर पंचायत नंबरदार ते सारी संगत का असं तहे दिलों धन्नवाद करते हैं साढ़े छोटे सद्दे ते वड्डी हाजरी दवाई।